ਜਦੋਂ ਅਸੀਂ ਇਨਵੈਸਟ ਪੰਜਾਬ ਵਾਸਤੇ ਵਪਾਰੀਆਂ ਨੂੰ ਮਿਲਣ ਗਏ ਸੀ ਤਾਂ ਮੁੰਬਈ ਦੇ ਵਿੱਚ ਗੂਗਲ ਨਾਲ ਵੀ ਮੀਟਿੰਗ ਹੋਈ ਸੀ। ਗੂਗਲ ਇਸ ਗੱਲ ਲਈ ਤਿਆਰ ਹੈ ਕਿ ਅਸੀਂ ਬਿਲਕੁਲ ਅਪਡੇਟ ਕਰ ਦਾਂਗੇ। ਮਾਡਰਨਾਈਜੇਸ਼ਨ ਆਫ ਪੁਲਿਸ ਜਿਹੜੀ ਹੈ ਉਹ ਗੂਗਲ ਵਾਲੇ ਤਿਆਰ ਨੇ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਦੀ ਪੁਲਿਸ ਦੇ ਸਾਰੇ ਅਧਿਕਾਰੀਆਂ ਨਾਲ, ਸਾਈਬਰ ਕ੍ਰਾਈਮ ਵਾਲਿਆਂ ਨਾਲ, ਸਾਰਿਆਂ ਨਾਲ ਮੁਲਾਕਾਤ ਕਰਾ ਕੇ ਅਸੀਂ ਦੇਸ਼ ਦੀ ਸਭ ਤੋਂ ਅਪਡੇਟਡ ਔਰ ਦੇਸ਼ ਦੀ ਸਭ ਤੋਂ ਸਮੇਂ ਦੀ ਹਾਣੀ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਨੂੰ ਬਣਾਉਣਾ ਚਾਹੁੰਦੇ ਹਾਂ। ਔਰ ਫਿਊਚਰ ਦੇ ਵਿੱਚ ਕਾਫੀ ਜਿਹੜੇ ਕੰਮ ਨੇ ਉਹ ਪੰਜਾਬ ਪੁਲਿਸ ਨਾਲ ਰਿਲੇਟਡ ਉਹ ਹੋਣਗੇ, ਜਿਨ੍ਹਾਂ ਦੇ ਵਿੱਚ ਕਮਿਊਨੀਕੇਸ਼ਨ ਸਿਸਟਮ ਹੈ ਉਹ 41 ਕਰੋੜ ਰੁਪਇਆ ਜਾਰੀ ਕਰ ਦਿੱਤਾ ਗਿਆ ਤਾਂ ਕਿ ਉਹ ਵਾਇਰਲੈਸ ਔਰ ਸੋਫਟਵੇਅਰ ਖਰੀਦੇ ਜਾ ਸਕਣ, ਅਤੇ ਨਾਲ ਦੀ ਨਾਲ ਸਾਈਬਰ ਕ੍ਰਾਈਮ ਵਿੰਗ ਜਿਹੜਾ ਅੱਜ ਦੀ ਡੇਟ 'ਚ ਸਾਈਬਰ ਕ੍ਰਾਈਮ ਬਣ ਗਿਆ ਇੱਕ। ਅੱਜ ਕੱਲ੍ਹ ਕੋਈ ਪਤਾ ਨਹੀਂ ਕਦੋਂ ਕਿੱਥੋਂ ਕੋਈ ਫੇਕ ਚੈਨਲ ਬਣਾ ਕੇ ਕੋਈ ਵੀ ਰਿਊਮਰ ਫੈਲਾ ਦਿੰਦੇ ਆ ਜਾਂ ਕੋਈ ਨਾ ਕੋਈ ਗਲਤ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਆ, ਉਸ ਨੂੰ ਜਲਦੀ ਤੋਂ ਜਲਦੀ ਫੜਨਾ, ਉਸ ਜਿੱਥੋਂ ਉਹ ਇਨਫੋਰਮੇਸ਼ਨ ਆਈ ਹੈ ਉਸ ਜਗ੍ਹਾ 'ਤੇ ਜਲਦੀ ਪਹੁੰਚਣਾ, ਇਹ ਪੰਜਾਬ ਪੁਲਿਸ ਲਈ ਕਈ ਵਾਰੀ ਬੜਾ ਚੈਲੇਂਜਿੰਗ ਹੋ ਜਾਂਦਾ। ਪਰ ਜਦੋਂ ਇਸ ਤਰ੍ਹਾਂ ਦੇ ਇਕੁਇਪਮੈਂਟ ਸਾਡੇ ਕੋਲ ਆ ਗਏ ਤਾਂ ਅਸੀਂ ਬੜੀ ਜਲਦੀ ਜਿਹੜਾ ਉਹ ਸਾਈਬਰ ਦੇ ਮਾਮਲੇ 'ਚ ਅਪਡੇਟਡ ਹੋਵਾਂਗੇ। ਅਤੇ ਜਿੰਨੇ ਵੀ ਅੱਗੇ ਪ੍ਰਪੋਜ਼ਲਸ ਆਉਣਗੀਆਂ ਜਿਹੜੀਆਂ 30 ਕਰੋੜ ਰੁਪਇਆ ਸਾਈਬਰ ਨੂੰ ਅਪਡੇਟ ਕਰਨ ਲਈ ਅਸੀਂ ਕੀਤਾ ਕਿ ਸਾਈਬਰ ਕ੍ਰਾਈਮ ਜਿਹੜਾ ਉਹ ਅਪਡੇਟ ਹੋਵੇ। ਅਤੇ ਜਿਵੇਂ ਵੀ ਅੱਗੇ ਅਗਲੇ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ, ਕਿਉਂਕਿ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ, ਕਈ ਵਾਰੀ ਕੋਈ ਗੱਡੀਆਂ ਲੈਂਦੇ ਹਾਂ ਜਾਂ ਕੋਈ ਬਿਲਡਿੰਗ ਬਣਦੀ ਹੈ ਜਾਂ ਕੋਈ ਪੋਲਿਸੀ ਬਣਾਉਂਦੇ ਹਾਂ, ਐਗਰੀਕਲਚਰ ਪੋਲਿਸੀ, ਇੰਡਸਟਰੀਅਲ ਪੋਲਿਸੀ, ਉਹਨੂੰ ਵਰਤੇ ਤੋਂ ਬਾਅਦ ਉਹਦੀਆਂ ਕਈ ਵਾਰੀ ਕਮੀਆਂ ਪਤਾ ਲੱਗਦੀਆਂ ਨੇ ਕਿ ਇਹਦੇ 'ਚ ਆਹ ਕਮੀਆਂ। ਸੋ ਅਸੀਂ ਇਸ ਗੱਲ ਲਈ ਫਲੈਕਸੀਬਲ ਰੱਖਿਆ ਹੋਇਆ, ਜਦੋਂ ਇਹਨਾਂ ਗੱਡੀਆਂ ਨੂੰ ਜਾਂ ਇਹਨਾਂ ਜਿਹੜੇ ਸਾਈਬਰ ਦੇ ਜਾਂ ਆਪਣੇ ਉਪਕਰਨ ਜਿਹੜੇ ਨਵੇਂ ਖਰੀਦੇ ਨੇ ਉਹਨਾਂ ਨੂੰ ਵਰਤਣਗੇ ਤਾਂ ਕੋਈ ਨਾ ਕੋਈ ਕਮੀ ਜੇ ਕੋਈ ਪੇਸ਼ ਆਊਗੀ ਤਾਂ ਅਸੀਂ ਉਹ ਤੋਂ ਹੋਰ ਅਪਡੇਟ ਕਰਨ ਵਾਸਤੇ ਬਜਟ ਦੀ ਕੋਈ ਅਸੀਂ ਕਮੀ ਪੰਜਾਬ ਪੁਲਿਸ ਨੂੰ ਨਹੀਂ ਰੱਖਾਂਗੇ।